ਸਲਾਮ ਅਲੈਕੁਮ ਜੀ ਆਪਣਾ ਟਮਾਟਰਾਂ ਦਾ ਵਿਜ਼ਿਟ ਹੈਗਾ ਸੀ ਜੀ ਮਾਸ਼ਾਅੱਲਾ ਜ਼ਿਮੀਦਾਰ ਭਾਈ ਨੇ ਲਾਇਆ ਨੇ ਗਿਤੇ ਬਹੁਤ ਹੀ ਅੱਛੀ ਫਸਲ ਹੈ ਅ ਚੈੱਕ ਕਰੋ ਜੀ ਟਮਾਟਰ ਪੌਦੇ ਦਾ ਸਾਈਜ਼ ਚੈੱਕ ਕਰੋ ਜੀ ਮਾਸ਼ਾਅੱਲਾ ਬੜਾ ਗਰੋਅਪ ਆ ਤੇ ਟਾਈਮ ਨਾਲ ਉਹਨਾਂ ਦੇ ਠੰਡੇ ਤੋਂ ਬਚਪੋਚ ਕੇ ਲਵਾ ਲਿਆ ਹੈ ਜਿਹੜਾ ਹੁੰਦਾ ਨਾ ਇਹ ਚੀਜ਼ ਹੁੰਦੀ ਹੈ ਟਮਾਟਰ ਇਹਨੂੰ ਤੜਵਾ ਦਿਆ ਕਰੋ ਇਸ ਤਰ੍ਹਾਂ ਤੋੜ ਦਿੱਤਾ ਇਹ ਫਿਰ ਪੌਦੇ ਦੀ ਤੁਹਾਡੀ ਜਿਹੜੀ ਗਰੋਥ ਹੁੰਦੀ ਨਾ ਇਸ ਚੀਜ਼ ਦੇ ਵਿੱਚ ਕੰਮ ਜਿਹੜਾ ਹੁੰਦਾ ਉਹ ਮਸਲਾ ਨਹੀਂ ਆਦਾ ਇਹ ਚੱਕਰ ਹੁਣ ਇਹਨੂੰ ਜਲਸਾ ਆਉਂਦੇ ਆਇਆ ਇਹਨੂੰ ਮੇਨ ਜੇ ਆਂਦਾ ਗੇਤਪ ਚੇਤਾ ਜਲਸਾਓ ਇਹ ਥੱਲੇ ਵਾਲੇ ਪੱਤਿਆਂ ਤੋਂ ਸਟਾਰਟ ਹੋਣਾ ਹੈ ਇਹਨੇ ਥੱਲੇ ਵਾਲਾ ਏਰੀਆ ਜਿਹੜਾ ਕਵਰ ਕਰਨਾ ਹੈ ਆਹ ਹੌista ਹੌista ਇਹਨੇ ਇਹਨੂੰ ਐ ਦੇਖੋ ਇਹ ਮਸਲਾ ਆਂਦੇ ਆ ਇਹ ਟਾਣੀ ਤੇ ਇਹੀ ਜਿਹੜਾ ਕਲਰ ਆਟ ਪੰਦਾ ਆ ਮੋੜ ਦੇ ਨਾਲ ਫਿਰ ਸੁੱਕਣਾ ਸ਼ੁਰੂ ਹੋ ਜਾਂਦਾ ਆ ਤੇ ਇਹਦੀ ਸਪਰੇ ਅੱਜ ਕੱਲ ਮੌਸਮ ਠੰਡਾ ਆ ਬਦਲ ਹੋਇਆ ਆ ਤੇ ਇਹਦੀ ਸਪਰੇ ਜਿਹੜੀ ਕਮਜ਼ੇ ਕਮੀ ਇੱਕ ਅੱਧੀ ਅੱਛੀ ਜਿਹੜੀ ਆ ਅੱਛੀ ਕੰਪਨੀ ਦੀ ਉਹ ਕਰਨੀ ਤੁਸੀਂ ਆ ਹਰ ਪੌਦੇ ਦੇ ਵਿੱਚ ਹੈਗਾ ਜੀ ਮਸਲਾ ਇਹ ਦੇਖੋ ਇਹਦੀ وجہ ਤੋਂ ਫੁੱਲ ਜਿਹੜਾ ਸੁੱਕਣਾ ਸ਼ੁਰੂ ਹੋ ਜਾਏਗਾ ਫੁੱਲ ਬਿਲਕੁਲ ਜਿਹੜਾ ਕਮਜ਼ੋਰ ਹੋ ਕੇ ਡਿਗਣ ਲੱਪਿਆ ਕੇਰਾਂ ਲੱਪਿਆ ਇਹਨੂੰ ਇਸ ਟਾਈਮ ਫੁੱਲ ਜ਼ਰੂਰਤ ਹੈ ਪੋਟਾਸ਼ ਦੀ ਕਮਜ਼ੇ ਕਿਉਂ 8 ਤੋਂ 10 ਕਿਲੋ ਪੋਟਾਸ਼ ਨਾਲ ਨਾਈਟਰੋ ਫਾਸ ਇਹ ਚੀਜ਼ ਪੈਣੀ ਆ ਤਾਕੇ ਇਹ ਜਿਹੜਾ ਫੁੱਲ ਕੀ ਦਿਗੰਦਿਆ ਇਹ ਇੱਕ ਤੇ ਇਹ ਕਵਰ ਹੋ ਜਾਏਗਾ ਦੂਸਰਾ ਜਿਹੜਾ ਪੌਦੇ ਦਾ ਸਾਈਜ਼ ਉਹ ਠੀਕ ਹੋ ਜਾਏਗਾ ਤੀਸਰਾ ਨਾਲ ਪੋਟਾਸ਼ ਦੇ ਨਾਲ ਜਿਹੜਾ ਬੜਾ ਫਰਕ ਪੈ ਜਾਏਗਾ ਇਹ ਹਰ ਦੂਸਰੇ ਤੋਂ ਤੀਸਰੇ ਪੌਦੇ ਨੂੰ ਮਸਲਾ ਆਂਦਿਆ ਉਤੋਂ ਪੌਦੇ ਦੀ ਕੋਲ ਕੋਰ ਜਿਹੜੀ ਠੀਕ ਹੈ ਬਿਹਤਰੀਨ ਹੈ ਇਹ ਸੁੰਡੀ ਦਾ ਵੀ ਅਟੈਕ ਹੈ ਜੀ ਇਹ ਤੁਹਾਨੂੰ ਸੁੰਡੀ ਵੀ ਦਿਖਾਣੇ ਆ ਇਹ ਇਹ ਦੇਖੋ ਸੁੰਡੀ ਇਹ ਸੁੰਡੀ ਪੁਲੀ ਪੁਲੀ ਚੱਲ ਰਹੀ ਹੈ ਮਜ਼ੇ ਲੈ ਰਹੀ ਹੈ ਬਿਮਾਰੀ ਦਾ ਹੈ ਸੁੰਡੀ ਦਾ ਤੇਲੇ ਦਾ ਅਟੈਕ ਹੈ ਤੇਲੇ ਦਾ ਅਟੈਕ ਵੀ ਹੈਗਾ ਆ ਤਿੰਨ ਤੋਂ ਚਾਰ ਚੀਜ਼ ਆਇਆ ਤਿੰਨ ਤੋਂ ਚਾਰ ਚੀਜ਼ਾਂ ਇਸ ਲਈ ਆ ਕਿ ਜਿਹੜਾ ਮੌਸਮ ਠੰਡਾ ਆ ਮੌਸਮ ਠੰਡੇ ਦੇ ਵਿੱਚ ਜਿਹੜਾ ਅਟੈਕ ਜ਼ਿਆਦਾ ਚੀਜ਼ਾਂ ਕਰਦੀ ਐ ਬਿਮਾਰੀ ਵੀ ਕਰਦੀ ਆ ਔਰ ਤੋਂ ਬਾਅਦ ਇਨਸੈਕਟ ਜਿਹੜਾ ਕੀੜਾ ਉਹ ਅੰਡੇ ਬੱਚੇ ਜ਼ਿਆਦਾ ਦਿੰਦਾ ਆ ਸੁੰਡੀ ਜਿਹੜੀ ਜ਼ਿਆਦਾ ਪੈਦਾ ਹੁੰਦੀ ਆ ਅੱਗੇ ਜਾ ਕੇ ਉਹਨਾਂ ਨੂੰ ਮਸਲਾ ਫਿਰ ਫਰੂਟ ਫਲਾਈ ਦਾ ਵੀ ਆਨ ਲਾਪੇਨਾ ਜਦੋਂ ਦਾਣਾ ਲੱਗਣ ਲੱਪੇਨਾ ਆ ਤੇ ਬਿਮਾਰੀ ਦਾ ਇਹਨਾਂ ਨੂੰ ਦੱਸਿਆ ਨੇ ਆ ਕਿ ਸਪਰੇ ਲੈਣ ਕੇ ਕਰਨ ਬਿਮਾਰੀ ਕਾਫੀ ਜ਼ਿਆਦਾ ਆ ਉਹ ਘਰ نیچے ਤੋਂ ਸਟਾਰਟ ਹੁੰਦੀ ਹੈ ਇਹਨਾਂ ਦਾ ਜਿਹੜਾ ਫੁੱਲ ਇਹ ਦੇਖੋ ਇਹ ਬਿਲਕੁਲ ਹੱਤ ਲਾਇਆ ਕਿਰਨ ਦੇ ਆ ਇਹ ਸਿਰਫ ਇਸ ਲਈ ਕਿਰਨ ਦੇ ਆ ਕਿ ਪੌਦਾ ਕਮਜ਼ੋਰ ਹੋ ਗਿਆ ਕਮਜ਼ੋਰ ਹੋ ਕੇ ਤੇ ਉਹਦੇ ਨਾਲ ਫੁੱਲ ਜਿਹੜਾ ਇਹਨਾਂ ਦਾ ਕਿਉਂ ਨਾ ਸ਼ੁਰੂ ਹੋ ਗਿਆ ਅੰਦਰ ਉਹਨਾਂ ਨੇ ਡਬਲ ਸ਼ਿਫਟ 트리플 ਸ਼ਿਫਟ ਲਗਾਈ ਹੈ ਧਨੀਆਂ ਵੀ ਲਗਾਇਆ ਹੈ ਧਨੀਆਂ ਦੇ ਨਾਲ ਥੱਲੇ ਮਿਰਚ ਦੀ ਪਨੀਰੀ ਵੀ ਲਗਾਈ ਹੈ ਧਨੀਆ ਦਾ ਉਹਨਾਂ ਨੇ ਇਹ ਬੈਨੀਫਿਟ ਹੋਇਆ ਕਿ ਧਨੀਆ ਦਾ ਰੇਟ ਅੱਛਾ ਸੀ ਰਮਜ਼ਾਨ ਆ। ਕਟਾਈ ਕਰਕੇ ਉਹਨਾਂ ਨੇ ਟਾਈਮ ਦੇ ਨਾਲ ਉਹ ਫਸਲ ਦਿੱਤੀ ਆ ਮੰਡੀ। ਉਹ ਬਚਤ ਹੋ ਗਈ ਆ। ਨਾਲ ਹੀ ਉਹਨਾਂ ਨੇ ਮਿਰਚਾਂ ਦੀ ਪਨੀਰੀ ਇੱਕ ਸਾਈਡ ਤੇ ਲੈਣ ਦੀ ਆ। ਹਾਲਾਂਕਿ ਟਮਾਟਰ ਲੋਕੀ ਕਈ ਬੈੱਡ ਜਿਹੜਾ ਕਰਕੇ ਚੌੜਾ ਦੋਵੇਂ ਸਾਈਡਾਂ ਤੇ ਲਗਾ ਲੈਂਦੇ ਨੇ। ਉਹਨਾਂ ਨੇ ਡਬਲ ਪ੍ਰੋਫਿਟ ਕੀਤਾ ਆ। ਧਨੀਆ ਲਾ ਲਿਆ, ਮਿਰਚਾਂ ਲਾ ਲਈਆਂ। ਮਿਰਚਾਂ ਲਾ ਕੇ ਤੇ ਨਾਲ ਹੀ ਉਹਨਾਂ ਨੇ ਚਲਾ ਲਿਆ ਆਪਣਾ ਨਿਜ਼ਾਮ ਤਾ ਕੇ ਧਨੀਆ ਕੱਟੀਏ। ਤੇ ਫਿਰ ਮੰਡੀ ਦੇ ਚ ਦਈਏ ਤੇ ਉਹ ਰੇਟ ਰੂਟ ਜਿਹੜਾ ਕੋ ਪੈਸੇ ਅੱਛੇ ਅੱਛੇ ਹੋਣਗੇ ਤੇ ਟਮਾਟਰਾਂ ਦੇ ਪੈਸਾ ਜਿਹੜਾ ਨਗਦ ਖਰਚਾ ਕਰ ਲਾਂਗੇ ਲਹਾਜ਼ਾ ਫਸਲ ਦੇ ਵਿੱਚ ਸੁੰਡੀ ਦਾ ਤੇਲੇ ਦਾ ਤੇ ਬਿਮਾਰੀ ਦਾ ਅਟੈਕ ਤੇ ਇਹਨਾਂ ਦਾ ਹੋਣਦੇ ਆ ਉਹਦੇ ਨਾਲ ਇਹਨਾਂ ਦੇ ਟਮਾਟਰਾਂ ਦਾ ਜਿਹੜਾ ਫੁੱਲਾਂ ਦੇ ਉੱਤੇ ਬੜਾ ਮਤਾਸਰ ਹੋਏਗਾ ਇਹਨੂੰ ਤੇਲੇ ਵਾਲੀ ਹੋਣੀ ਚਾਹੀਦੀ ਹੈ ਤੇ ਸੁੰਡੀ ਵਾਲੀ ਹੋਣੀ ਚਾਹੀਦੀ ਹੈ ਨਾਲ ਵਿੱਚ ਬਰਾਨ ਪੈ ਜਾਣਾ ਚਾਹੀਦਾ ਹੈ ਤਾਂ ਕਿ ਜਿਹੜਾ ਇਹਨਾਂ ਦਾ ਕਮਜ਼ੋਰੀ ਆ ਉਹ ਖਤਮ ਹੋ ਜਾਏਗੀ ਫੁੱਲ ਛੁੱਲ ਕਿਰੇਗਾ ਨਹੀਂ ਤੇ ਅਚੀ ਹੋ ਜੇਗੀ ਫਸਲ ਮਾਸ਼ਾਅੱਲਾ ਅਗੇਤੀ ਲਗਾਈ ਆ ਬਹੁਤ ਹੀ ਅੱਛਾ ਚੱਲੰਦਿਆ ਹੈ ਤਿੰਨ ਸ਼ਿਫਟਾਂ ਨਾਲ ਲਗਾਈਆਂ ਇਹਦੇ ਵਿੱਚ ਇਹ ਟਮਾਟਰ ਦਾ ਆਪਣਾ ਵਿਜ਼ਿਟ ਹੈਗਾ ਸੀ ਜੀ ਮੈਂ ਕਿਹਾ ਚਲੋ ਦੋਸਤਾਨਾ ਵੀ ਸ਼ੇਅਰ ਕਰੀਏ